ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ ਕਰਾਂਗੇ ਤਿਰਤ ਸਿੰਘ ਪੈਨੈਕਲ ਮੇਰੇ ਨਾਲ ਮੌਜੂਦ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਿਵਾਉਣ ਦੇ ਬਾਦਸ਼ਾ ਪਿਛਲੇ ਸਮੇਂ ਚ ਅਸੀਂ ਵੇਖਿਆ ਤਿਰਤ ਜੀ ਕਿ ਬਹੁਤ ਸਾਰੇ ਵਿਦਿਆਰਥੀ ਨੇ ਸੈਪਟੰਬਰ ਅਕਤੂਬਰ ਰਿਜ਼ਲਟ ਨਹੀਂ ਆਈ ਮਤਲਬ ਪਿਛਲੀਆਂ ਪੁਰਾਣੀਆਂ ਫਾਈਲਾਂ ਦੇ ਰਿਜ਼ਲਟ ਪੈਂਡਿੰਗ ਨੇ ਪਰ ਨਵੰਬਰ ਦੇ ਰਿਜ਼ਲਟ ਆਉਣ ਲੱਗੇ ਇਹ ਹੋ ਕੀ ਰਿਹਾ ਕੈਨੇਡਾ ਦੇ ਵਿੱਚ ਬੜਾ ਸਰਪ੍ਰਾਈਜ਼ਿੰਗ ਜਿਹਾ ਫੈਕਟਰ ਸਰਪ੍ਰਾਈਜ਼ਿੰਗ ਜਿਹਾ ਟ੍ਰੈਂਡ ਸਾਡੇ ਸਾਹਮਣੇ ਹੈ ਕਿਰ ਸਿੰਘ ਪਨਾਕਲ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਇਹ ਹੈਰਾਨੀ ਕੁੰ ਟ੍ਰੈਂਡ ਹੈ ਜੀ ਸਰਪ੍ਰਾਈਜ਼ਿੰਗ ਟ੍ਰੈਂਡ ਹੈ ਇਹਨੂੰ ਕਿਵੇਂ ਐਕਸਪਲੇਨ ਕਰੋਗੇ ਹੋ ਕਿ ਰਿਆ? ਤੇ ਬਿਲਕੁਲ ਸਰ ਇਹ ਇਹ ਸੱਚੀ ਗੱਲ ਆ ਸਚਾਈ ਆ ਤੇ 90% ਬੱਚਿਆਂ ਦਾ ਇਹੀ ਸਵਾਲ ਆ ਸਪੈਸ਼ਲੀ ਇਹ ਉਹ ਬੱਚਿਆਂ ਦਾ ਸਵਾਲ ਆ ਕਿ ਜਿਹੜੇ ਬੱਚਿਆਂ ਨੇ ਸਭ ਕੁਝ ਸਮਾਂ ਰੰਦੇ ਫਾਈਲ ਲਈ ਸਜੇ ਤੁਹਾਨੂੰ ਯਾਦ ਹੋਵੇ ਇਸੇ ਮੰਚ ਤੇ ਲਾਈਵ ਸ਼ੋਅ ਚ ਅਸੀਂ ਵੀ ਬੱਚਿਆਂ ਨੂੰ ਕਹਿੰਦੇ 15 ਅਕਤੂਬਰ ਤੋਂ ਪਹਿਲਾਂ ਫਾਈਲ ਲਾ ਦਿਓ ਕਿਉਂਕਿ ਉਸ ਟਾਈਮ ਤੇ 2.5 ਤੋਂ 3 ਮਹੀਨੇ ਐਮਬੈਸੀ ਚ ਫਾਈਲ ਲੱਗ ਰਹੀ ਸੀ ਬਟ ਇੱਕੋ ਦਮ ਟ੍ਰੈਂਡ ਫਾਸਟ ਹੋਇਆ ਆ 25 ਦਿਨਾਂ ਦੇ ਵਿੱਚ 30 ਦਿਨਾਂ ਦੇ ਵਿੱਚ ਇਵਨ ਕਿ ਆ 20 ਦਿਨਾਂ ਦੇ ਵਿੱਚ ਵੀ ਬੱਚਿਆਂ ਦੇ ਕਿ ਜਿਹੜੇ ਕਾਫੀ ਬੱਚਿਆਂ ਦੇ ਜਿਹੜੇ ਕੀ ਰਿਜ਼ਲਟ ਆਊਟ ਹੋਇਆ ਬਟ ਅੱਜ ਦੁਬਾਰਾ ਆਪਾਂ ਉਹਨਾਂ ਬੱਚਿਆਂ ਦੀ ਗੱਲ ਆਊਟ ਨਹੀਂ ਹੋਏ ਉਨਾ ਦੇ ਨਾਲ ਦਿਆਂ ਨੇ ਬਾਅਦ ਚੋ ਫਾਈਲ ਜਾਈ ਵੀਜ਼ਾਸ ਲੈ ਕੇ ਬੈਠ ਗਿਆ ਟਿਕਟ ਟਿਕਟਸ ਬੁੱਕ ਕਰਵਾ ਲਈਆਂ ਬਟ ਕਿਤੇ ਨਾ ਕਿਤੇ ਜਿਹੜੇ ਬੱਚੇ ਨੇ ਸਭ ਕੁਝ ਸਮੇਂ ਨੂੰ ਵਿਚਾਰਦੇ ਹੋਏ ਸਹੀ ਟਾਈਮ ਤੇ ਫਾਈਲ ਲਾਈ ਸੀ ਹਜੇ ਵੀ ਫਾਈਲ ਅੰਬੈਸੀ ਦੇ ਵਿੱਚ ਹੈ ਇਹ ਤਾਂ ਬਟ ਮੈਂ ਦੱਸ ਦਵਾ ਇਹਦੇ ਚ ਕੋਈ ਕਸੂਰਵਾਰ ਨਹੀਂ ਆ ਨਾ ਤੁਸੀਂ ਕਸੂਰਵਾਰਾ ਨਾ ਤੁਹਾਡਾ ਸਲਾਹਕਾਰ ਕਸੂਰਵਾਰਾ ਕੋਈ ਵੀ ਹੋਵੇ ਇਵਨ ਕਿ ਮੈਂ ਦੱਸਾਂ ਐਡਮਿਟ ਕਰਦਾ ਮੇਰੇ ਕੋਲ ਵੀ ਜਿਹੜੀਆਂ ਫਾਈਲਸ ਹੈਗੀਆਂ ਅਕਤੂਬਰ ਮਨਤ ਦੀਆਂ ਸਪਟੰਬਰ ਮਨਤ ਦੀਆਂ ਉਸ ਤੋਂ ਪੁਰਾਣੇ ਮਨਤ ਦੀਆਂ ਵੀ ਫਾਈਲਸ ਜਿਹੜੀਆਂ ਕਿ ਅੰਬੈਸੀ ਦੇ ਵਿੱਚ ਜੇ ਹੈਗੀਆਂ ਤੇ ਮੇਰਾ ਤੇ ਮੰਨਣਾ ਜਿੰਨੀ ਦੇਰ ਫਾਈਲ ਜੀ ਤਾਂ ਦੁਕੀ ਇਸ ਪੋਜ਼ੀਟਿਵ ਟ੍ਰੈਂਡ ਦੇ ਵਿੱਚ ਵੀ ਬਹੁਤ ਰਿਫਿਊਜ਼ਲਾਂ ਵੀ ਆਈਆਂ ਤਾਂ ਜਿੰਨੀ ਦੇਰ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਉੰਨੀ ਦੇ ਰਹੀ ਉਮੀਦਾਂ ਕਾਇਮ ਆ ਤੇ ਮੈਂ ਹਰ ਬੱਚੇ ਨੂੰ ਮੇਰੀ ਇਹ ਹੀ ਸਲਾਹ ਆ ਤੇ ਫਾਈਲ ਐਮਬੈਸੀ ਦੇ ਵਿੱਚ ਹੈਗੀ ਆ ਕਿਸੇ ਟਾਈਮ ਵੀ ਰਿਜ਼ਲਟ ਆ ਸਕਦਾ ਬਟ ਜਿਹੜੀ ਚੀਜ਼ਾਂ ਖਿਆਲ ਰੱਖਣ ਵਾਲੀਆਂ ਆ ਜਿਹੜੇ ਬੱਚਿਆਂ ਨੂੰ ਹੁਣ ਕੀ ਕਰਨਾ ਚਾਹੀਦਾ ਖਾਸ ਤੌਰ ਤੇ ਜਦੋਂ ਹੁਣ ਉਹ ਮੌਕਾ ਆ ਚੁੱਕਾ ਡੈਫਰਮੈਂਟ ਦੀਆਂ ਲਾਸਟ ਡੇਟ ਆ ਚੁੱਕੀਆਂ ਬੇਟਾ ਕਰਾਉਣੀ ਪੈਣੀ ਆ ਮਜਬੂਰੀ ਲਾ ਲੋ ਜਾਂ ਕੁਝ ਇਹਦਾ ਨਾਮ ਤੁਸੀਂ ਦੇ ਸਕਦੇ ਆ ਪਰ ਜਰੂਰ ਕਰਾਓ ਕਿਉਂਕਿ ਇਹ ਕਿਤੇ ਤੁਹਾਡੇ ਰਿਜ਼ਲਟ ਦੀ ਨੈਗੇਟਿਵਿਟੀ ਦਾ ਕਾਰਨ ਬਣ ਜਾਵੇ ਦੂਸਰੀ ਗੱਲ ਕੀ ਹੈਗੀ ਆ ਕਈ ਬੱਚਿਆਂ ਦੀ ਫਾਈਲ ਇਸ ਤੋਂ ਵੀ ਜ਼ਿਆਦਾ ਪੈਂਡਿੰਗ ਆ ਕਿਉਂਕਿ ਡੇਲੀ ਦਾ ਲਾਈਵ ਸ਼ੋ ਜਦੋਂ ਸਾਡੇ ਹੁੰਦੇ ਆ ਬੱਚੇ ਸ਼ੇਅਰ ਕਰ ਦਿਆ ਸਰ ਮੇਰੀ ਜੂਨ ਦੀ ਫਾਈਲ ਜੁਲਾਈ ਦੀ ਫਾਈਲ ਜ ਉਸ ਤੋਂ ਵੀ ਪੁਰਾਣੀ ਆ ਕੀ ਕਰਾਂ ਵਿਡਰੋਅਲ ਕਰਾ ਲਾਂ ਸਰ ਸਾਡੇ ਕੋਲ ਕਈ ਕੇਸ ਇਸ ਤਰ੍ਹਾਂ ਦੇ ਆਉਂਦੇ ਆ ਬੱਚਿਆਂ ਦੀ ਇੱਕ ਟਾਈਮ ਤੇ ਦੋ ਦੋ ਤਿੰਨ ਤਿੰਨ ਫਾਈਲ ਵੀ ਲਾ ਚੰਗੀਆਂ ਸੁਰਮਾ ਬੱਚਿਆਂ ਨੂੰ ਕਹੂੰਗਾ ਕਿ ਇਹ ਬੱਚਿਆਂ ਦੇ ਐਦਾਂ ਦਾ ਰਿਸਕ ਕੋਈ ਜੇ ਤੁਹਾਨੂੰ ਕਹਿੰਦਾ ਵਾ ਬਿਲਕੁਲ ਵੀ ਨਾ ਚੱਕੋ ਕੈਨੇਡਾ ਦੀ ਐਮਬੈਸੀ ਨੂੰ ਇਹਨਾਂ ਲਾਈਟਲੀ ਨਾ ਲਓ ਕਈ ਵਾਰੀ ਕਹਿੰਦੇ ਕਿ ਆਪਾਂ ਚੱਲ ਪਿਛਲੀ ਫਾਈਲ ਦਾ ਰਿਜ਼ਲਟ ਨਹੀਂ ਆਇਆ ਸਾਡੇ ਕੋਲ ਕਈ ਕੇਸਿਸ ਆਈ ਆ ਐਦਾਂ ਦੇ ਪਿਛਲੀ ਫਾਈਲ ਵਿਧਰੋਲ ਦੀ ਰਿਕਵੈਸਟ ਪਾਈ ਨਾਲ ਦੀ ਨਾਲ ਦੁਬਾਰਾ ਫਾਈਲ ਲਾਤੀ ਬਟ ਆ ਵਿਡਰੋਅਲ ਦਾ ਵੀ ਇੱਕ ਪ੍ਰੋਸੈਸ ਹੁੰਦਾ ਵਿਡਰੋਅਲ ਤੁਸੀਂ ਪਾਈਮ ਵੀਜ਼ਾ ਆਫਿਸ ਨੇ ਉਹਨੂੰ ਵਿਡਰੋਅਲ ਕਰਨਾ ਜਾਂ ਨਹੀਂ ਕਰਨਾ ਉਹ ਵੀ ਮੈਟਰ ਕਰਦਾ ਵਾ ਸੋ ਛੋਟੀ ਤੋਂ ਛੋਟੀ ਚੀਜ਼ ਵੀ ਮੈਟਰ ਕਰਦੀ ਆ ਵਿਡਰੋਅਲ ਤਾਂ ਤੁਹਾਡੇ ਲਈ ਆਪਸ਼ਨ ਹੀ ਨਹੀਂ ਚਾਹੀਦੀ ਹਾਂ ਉਹ ਬੱਚਾ ਕੀ ਕਰੇ ਐਸ ਵੇਲੇ ਸਾਡੇ ਕੋਲ ਵੀ ਕਈ ਬੱਚੇ ਜਿਹੜੇ ਆਏ ਆ ਇੱਕ ਬੱਚਾ ਦਾ ਸਰ ਸਾਡੇ ਕੋਲ ਆਇਆ ਜਿਹਦੇ ਜੀ ਮੇਲ ਆ ਗਈ ਤੁਹਾਨੂੰ ਤਾਂ ਅਸੀਂ ਵੀਜ਼ਾ ਇਸ਼ੂ ਕਰਾਇਆ ਹੈ ਤੁਸੀਂ ਫਾਈਲ ਹੀ ਕਿਉਂ ਲੌਂਚ ਕਰਾਈ ਜਦ ਕਿ ਬੱਚੇ ਨੇ ਫਾਈਲ ਹੀ ਪਹਿਲੀ ਵਾਰੀ ਲਾਈ ਆ ਤੇ ਉਪਰੋਂ ਸੋਨੇ ਦੇ ਸੁਹਾਗਾ ਮੈਂ ਕਹਾਂ ਉਹਦਾ ਕੰਸਲਟੈਂਟ ਨੇ ਉਹਨੂੰ ਇੰਨੀ ਕ ਕਾਰਗਰੀ ਦਿਖਾਈ ਆ ਨਾਲ ਦੀ ਨਾਲ ਹੀ ਫਾਈਲ ਲਾਤੀ ਦੁਬਾਰਾ ਕੀ ਨਹੀਂ ਜੀ ਮੈਂ ਫਰੈਸ਼ ਫਰੈਸ਼ ਫਾਈਲ ਲਾ ਰਿਹਾ ਸਰ ਸਾਰੀਆਂ ਡਿਟੇਲ ਚਲ ਗਈਆਂ ਡੇਟ ਆਫ ਬਰਥ ਚਲੇਗੀ ਸਾਰਾ ਕੁਝ ਹੋਇਆ ਪਿਛਲੇ ਬਾਇਓਮੈਟ੍ਰਿਕ ਹੋਏ ਦੁਬਾਰਾ ਲਾਤੀ ਸੋ ਇਦਾਂ ਦਾ ਕੋਈ ਓਵਰ ਕੌਨਫੀਡੈਂਸ ਕੋਈ ਵੀ ਤੁਹਾਡਾ ਸਲਾਹ ਕਰ ਹੋਵੇ ਬਚੋ ਜਿੰਨਾ ਬਚ ਸਕਦਾ ਮੇਰੇ ਕੋਲ ਇਦਾਂ ਦੀ ਫਾਈਲ ਵੀ ਚੱਲ ਰਹੀਆਂ ਜਿਹੜੇ ਬੱਚੇ ਬਾਹਰੋਂ ਖਰਾਬ ਹੋ ਗਏ ਆ ਦੋ ਦੋ ਸਾਲ ਹੋ ਗਏ ਫਾਈਲ ਸਰ ਦੇ ਫਾਈਲ ਐਮਬੈਸੀ ਦੇ ਵਿੱਚ ਆ ਸਾ ਰਿਜ਼ਲਟ ਨਹੀਂ ਆਏ ਹੋਲਡ ਤੇ ਆ ਸਿਰਫ ਇੰਨਾ ਚੱਕਰਾਂ ਕਰਕੇ ਕਿਉਂਕਿ ਇਹ ਚੀਜ਼ ਤੇ ਅਸੀਂ ਕਲੈਰੀਫਿਕੇਸ਼ਨ ਕਾਫੀ ਵਾਰੀ ਦਿੱਤੀ ਆ ਬੱਚਿਆਂ ਨੂੰ ਪਰ ਦੁਬਾਰਾ ਕਿਉਂਕਿ ਹਰ ਵਾਰੀ ਨਵੇਂ ਬੱਚੇ ਹੁੰਦੇ ਸੋ ਇਸ ਟੌਪਿਕ ਤੇ ਦੁਬਾਰਾ ਆਪਣੀ ਫਾਈਲ ਉਹਦਾ ਪੂਰਾ ਪ੍ਰੋਸੈਸ ਆ ਦੁਬਾਰਾ ਫਾਈਲ ਉਦਾਂ ਹੀ ਲਾਉਣੀ ਆ ਜਦੋਂ ਇੱਕ ਫਾਈਲ ਬਾਹਰ ਆ ਜਾਂਦੀ ਇੱਕ ਛੋਟੀ ਜੀ ਐਗਜ਼ੈਂਪਲ ਦੇ ਰਹਿੰਦਾ ਪੇ ਆਫਟਰ ਵੀਜ਼ਾ ਵਾਲੇ ਬਹੁਤ ਕਾਲਜ ਆ ਜੇ ਇਦਾਂ ਹੀ ਹੋਵੇ ਨਾ ਕਿਸੇ ਬੱਚੇ ਦੀ ਕਿਸਮਤ ਆ 10000 ਰੁਪਏ ਮੈਸੀ ਫੀਸ ਲੱਗਦੀ ਆ ਜੇ ਬਾਇਓਮੈਟ੍ਰਿਕ ਤੁਹਾਡੇ ਹੋਏ ਆ 10 ਫਾਈਲਾਂ ਲਾ ਰਹੇ ਨੇ ਜੇ ਲੱਖ ਰੁਪਏ ਲਾ ਕੇ ਬੱਚੇ ਦਾ ਵੀਜ਼ਾ ਹੁੰਦਾ ਜਿੰਨੇ ਮਰਜੀ ਬੱਚੇ ਤੋਂ ਪੈਸੇ ਲਾ ਲਓ ਬਟ ਕਿਤੇ ਨਾ ਕਿਤੇ ਯੈਸ ਕੈਨੇਡਾ ਦੇ ਸਿਸਟਮ ਦੇ ਵਿੱਚ ਵੀ ਹੈ ਕਿ ਤੁਸੀਂ ਫਾਈਲ ਲੌਂਚ ਕਰ ਸਕਦੇ ਆ ਬਟ ਇਹ ਫਾਈਲਾਂ ਸਟਕ ਹੁੰਦੀਆਂ ਜਦੋਂ UCI ਨੰਬਰ ਕਲੈਸ਼ ਹੁੰਦੇ ਆ ਸੋ ਕਿਸੇ ਕੀ ਦੇ ਸਕਰੀਨਸ਼ਾਟ ਮੰਗਾਂ ਉਹ ਆਪਣੇ ਏਜੰਟ ਤੋਂ ਆਪ ਚੈੱਕ ਕਰੋ ਖੋਲ ਕੇ ਜੇ ਤੁਹਾਡੇ ਕੋਲ ਵੀ ਹੈਗਾ ਕਿਸੇ ਤਰ੍ਹਾਂ ਦਾ ਮੈਡੀਕਲ ਕਰਕੇ ਕਿਉਂਕਿ ਮੈਡੀਕਲ ਇੱਕ ਮੈਂ ਰੀਜ਼ਨ ਜਿਹੜਾ ਕਿ ਮੈਂ ਪਰਸਨਲੀ ਨੋਟ ਡਾਊਨ ਕੀਤਾ ਕਿ ਮੈਡੀਕਲ ਦਾ ਕਲੀਅਰ ਨਹੀਂ ਹੋਈ ਜੇ ਤੁਹਾਡੇ ਕਿਸੇ ਬੱਚੇ ਦੇ ਮੈਡੀਕਲ 'ਚ ਕੋਈ ਪ੍ਰੋਬਲਮ ਆਈ ਆ ਕਿ ਮੈਡੀਕਲ ਕਰਕੇ ਉਹਨਾਂ ਨੂੰ ਮੈਡੀਕੇਸ਼ਨ ਤੇ ਲਾਇਆ ਗਿਆ ਜਾਂ ਮੈਡੀਕੇਸ਼ਨ ਦੀ ਉਹਨਾਂ ਨੂੰ ਡਵਾਈਸ ਦਿੱਤੀ ਕਿ ਉਹ ਬੱਚਾ ਨੇ ਵੀ ਰਿਜ਼ਲਟ ਹੂਲ ਦੇ ਆ ਸੋ ਇਸ ਚੀਜ਼ ਤੇ ਇੱਕ ਕਲੈਰਿਟੀ ਜ਼ਰੂਰ ਹਰ ਬੱਚੇ ਨੇ ਲੈਣੀ ਆ ਮੈਡੀਕਲ ਤੁਹਾਡਾ ਐਕਸਪਾਇਰ ਹੋਣ ਵਾਲਾ ਪਹਿਲਾਂ ਹੀ ਮੈਡੀਕਲ ਕਰਵਾ ਲੈਣਾ ਇਹ ਵੀ ਇੱਕ ਰੀਜ਼ਨ ਬਣ ਰਿਹਾ ਹੋਰ ਵੀ ਕੋਈ ਰੀਜ਼ਨ ਆ ਨਹੀਂ ਸਮਝ ਲੱਗ ਰਿਹਾ ਬੱਚਿਆਂ ਨੂੰ ਮੈਂ ਕਹੂੰਗਾ ਤੁਸੀਂ ਆਪਣਾ ਵੈਬ ਫਾਰਮ ਰੇਜ਼ ਕਰ ਸਕਦੇ ਆ ਟੋਲ ਫ੍ਰੀ ਨੰਬਰਸ ਹੁੰਦੇ ਆ ਯੈਸ ਜਿਹੜਾ ਕਿ ਇੰਡੀਆ ਤੋਂ ਰਾਤ ਨੂੰ ਤੁਸੀਂ ਕੈਨੇਡਾ ਉੱਥੇ ਵੀ ਤੁਸੀਂ ਜਾ ਕੇ ਕਲੈਰਿਟੀ ਲੈ ਸਕਦੇ ਆ ਇੱਕ ਚੀਜ਼ ਹੋਰ ਅੱਜ ਮੈਂ ਬੱਚੇ ਨੂੰ ਡਵਾਈਸ ਇਹਦਾ ਲੱਗੀ ਫਾਈਲ ਤੇ ਵੀ ਤੁਸੀਂ ਆਪਣੀ ਕੇਪਸ ਨੋਟ ਅਪਲਾਈ ਕਰ ਸਕਦੇ ਆ ਕਿ ਮੇਰਾ ਕਰੰਟ ਸਟੇਟਸ ਕੀ ਆ ਹਾਂ ਕੇਪਸ ਨੋਟ ਦਾ ਜਿਹੜਾ ਪ੍ਰੋਸੈਸ ਆ ਲੰਬਾ ਜ਼ਰੂਰ ਹੈਗਾ ਉਹਨੂੰ 2 ਕੁ ਮਹੀਨੇ ਵੀ ਅੱਜ ਦੀ ਦੇ ਵਿੱਚ ਮਿਨੀਮਮ ਲੱਗ ਰਿਹਾ ਬਟ ਫਿਰ ਵੀ ਕਹਾਂਗਾ ਕਿਸੇ ਨਾ ਕਿਸੇ ਵੇਲੇ ਤਾਂ ਫੁੱਲ ਸਟਾਪ ਲਾਉਣਾ ਹੀ ਪੈਣਾ ਨਾ ਕੁਝ ਨਾ ਕੁਝ ਤਾਂ ਸਟੈਪ ਲੈਣਾ ਹੀ ਪੈਣਾ ਖਾਸतौर ਤੇ ਜਿਹੜੇ ਬੱਚਿਆਂ ਦੀ ਫਾਈਲਾਂ 6-6 ਮਹੀਨੇ ਬਰਾਨੀਆਂ ਐਂਬੈਸੀ ਜਾਏ ਇਹ ਕੋਈ ਨਾ ਕੋਈ ਇਦਾਂ ਦਾ ਸਟੈਪ ਲੈਣਾ ਵਾ ਜਿੱਤੇ ਕਿਤੇ ਨਾ ਕਿਤੇ ਬੱਚਾ ਅਸੀਂ ਤਾਂ ਹਾਈ ਐਡਵਾਈਸ ਕਰਦੇ ਹਾਂ ਕਿ ਕੋਈ ਵੀ ਬੱਚਾ ਕਿਸੇ ਵੀ ਕਿਸੇ ਦੀ ਗਲਤੀ ਕਰਕੇ ਜਾਂ ਕਿਸੇ ਦੀ ਓਵਰ ਨੋਲੇਜ ਕਰਕੇ ਉਹ ਬੱਚਾ ਜਿਹੜਾ ਕਿ ਸਟਕ ਨਾ ਹੋ ਜਾਵੇ ਸੋ ਦੁਬਾਰਾ ਕਹੂੰਗਾ ਅਸੀਂ ਵੀ ਕੋਈ ਤੁਹਾਨੂੰ ਇੱਥੇ ਨੌਲੇਜ ਦਿੰਦੇ ਆ ਉਸ ਐਮਬੈਸੀ ਦੀ ਸਾਈਟ ਤੇ ਜ਼ਰੂਰ ਚੈੱਕ ਕਰਿਓ ਤੇ ਆ ਬਿਲਕੁਲ ਡੈਫੀਨਿਟਲੀ ਕਹੂੰਗਾ ਆਪਣੇ ਤਜਰਬੇ ਨਾਲ ਇੱਥੇ ਕੋਈ ਵੀ ਨੌਲੇਜ ਦਿੱਤੀ ਜਾਂਦੀ ਆ ਐਮਬੈਸੀ ਦੀ ਸਾਈਟ ਨੂੰ ਦੁਬਾਰਾ ਡਬਲ ਚੈੱਕ ਕਰਕੇ ਇੱਥੇ ਦੱਦੇ ਆ ਤੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਕਹਿ ਰਿਹਾ ਨਾ ਬੇਟਾ ਤੁਸੀਂ ਐਮਬੈਸੀ ਦੀ ਸਾਈਟ ਤੇ ਵੀ ਚੈੱਕ ਕਰ ਸਕਦੇ ਆ ਦੁਬਾਰਾ ਕਹੂੰਗਾ ਐਮਬੈਸੀ ਨੇ ਵੈਬਿਨਾਰ ਵੀ ਕਰਾਇਆ ਸੀ ਉਹਦੀਆਂ YouTube ਤੇ ਪੁਰਾਣੀਆਂ ਰਿਕਾਰਡਿੰਗ ਵੀ ਹੁਣੀ ਆ ਕਿਤੇ ਨਾ ਕਿਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਉਹਦੇ ਵਿੱਚ ਵੀ ਮਿਲ ਜਾਣਗੇ ਜੋ ਵੀਜ਼ਾ ਆਫੀਸਰ ਨੇ ਆਪ ਆਪ ਬਿਆਨ ਕੀਤੇ ਆ ਸਾਡੇ ਪੈਨਕਲ ਦਾ ਸਿਰਫ ਇੱਕੋ ਹੀ ਚੀਜ਼ ਮੈਂ ਕਹਾਂਗਾ ਜਿਹੜਾ ਸਕਸੈਸ ਦਾ ਮੰਤਰਾ ਜਾਂ ਬੱਚਿਆਂ ਦੀਆਂ ਸੁਪਨੇ ਇੱਕੋ ਹੀ ਆ ਕਿ ਆਪ ਅਪਡੇਟ ਰਹਿੰਦੇ ਆ ਐਜ਼ ਅ ਓਨਰ ਆਫ ਪੈਨਕਲ ਡਾਇਰੈਕਟਰ ਆਫ ਪੈਨਕਲ ਫਰੰਟ ਤੋਂ ਲੀਡ ਕਰਦੇ ਆ ਸਾਡੇ ਡਿਪਾਰਟਮੈਂਟ ਨੂੰ ਸਪੈਸ਼ਲੀ ਜਿਹੜੇ ਮੇਜਰ ਡਿਪਾਰਟਮੈਂਟ ਕਹੂੰਗਾ ਐਸਓਬੀ ਡਿਪਾਰਟਮੈਂਟ ਉਹਨੂੰ ਪ੍ਰੋਪਰ ਆਪਣੀ ਅੰਡਰ ਸੁਪਰਵੀਜ਼ਨ ਦੇ ਵਿੱਚ ਬੱਚਿਆਂ ਦੀ ਇਕੱਲੇ ਇਕੱਲੇ ਦੀ ਕੇਸ ਸਟਡੀ ਦੇ ਵਿੱਚ ਫੋਕਸ ਕਰਦੇ ਆ ਉਹੀ ਇੱਕ ਰਾਜ ਆ ਕਿ ਬਹੁਤ ਵੱਡਾ ਸਕਸੈਸ ਰੇਟ ਆ ਜਿਹੜਾ ਕਿ ਹੈਗਾ ਕਿ ਇਹ ਬੱਚੇ ਵੀਜ਼ਾ ਲੈਣ ਚ ਕਾਮਯਾਬ ਹੁੰਦੇ ਆ ਦੁਬਾਰਾ ਹੁਣ ਨਟਸ਼ਲ ਮੁੱਦੇ ਦੇ ਹੋਂਨਾ ਜਿਹੜੇ ਪੈਂਡਿੰਗ ਰਿਜ਼ਲਟ ਵਾਲੇ ਬੱਚੇ ਜਿੰਨੀ ਦੇਰ ਫਾਈਲ ਇਮੈਸੇਜ ਉਨੀ ਦੇਰੀ ਉਮੀਦਾਂ ਕਾਇਮ ਆ ਸਾਰੇ ਬੱਚੇ ਵੀਜ਼ਾ ਨਹੀਂ ਲੈ ਕੇ ਗਏ ਸੋ ਡਰਨ ਦੀ ਲੋੜ ਨਹੀਂ ਆ ਤੋ ਬਾਕੀ ਮੈਟਰ ਕਰਦਾ ਸਟੈਪ ਟੂ ਸਟੈਪ ਕੇਸ ਟੂ ਕੇਸ ਵੇਰੀ ਕਰਦਾ ਹੈ ਕਿ ਕਿਹੜੇ ਬੱਚੇ ਨੂੰ ਹੁਣ ਕਿਹੜੇ ਕੇਸ ਨੂੰ ਜਿਹੜਾ ਕਿ ਡਿਸੀਜਨ ਲੈਣਾ ਚਾਹੀਦਾ ਉਹਦੇ ਵਾਸਤੇ ਵੀ ਤੁਸੀਂ ਆ WhatsApp ਨੰਬਰ ਹੈਗਾ ਆਪਣਾ CV ਕਨਸਰਨ ਲਿਖ ਕੇ ਬੋਲ ਕੇ ਜਰੂਰ ਸਾਂਝਾ ਕਰ ਸਕਦੇ ਆ ਕਿਉਂਕਿ ਯੈਸ ਕਈ ਬੱਚਿਆਂ ਨੂੰ ਬਿਲਕੁਲ ਅਸੀਂ ਡੈਫੀਨੇਟਲੀ ਜਿਨ੍ਹਾਂ ਦੀ ਸਾਡੀ ਹੈਲਪ ਨਾਲ ਕੋਈ ਸਲਾਹ ਨਾਲ ਕੰਮ ਹੁੰਦਾ ਸੋ ਵੀ ਆਰ ਆਲਵੇਸ ਰੈਡੀ ਕਿ ਆਪੇ ਜੇ ਸਾਡੀ ਸਲਾਹ ਨਾਲ ਉਹਦਾ ਕੰਮ ਹੁੰਦਾ ਤੇ ਬਿਲਕੁਲ ਕਰਦੇ ਆ ਸੋ ਤੁਸੀਂ ਸਾਡੇ ਆਫਿਸ ਵੀ ਜਰੂਰ ਵਿਜ਼ਿਟ ਕਰ ਸਕਦੇ ਆ ਚਲੋ ਥੈਂਕ ਯੂ ਸੋ ਮ ਸੋ 85578 85578 ਇੱਕੋ ਨੰਬਰ ਔਰ ਇੱਕੋ ਹੀ ਕੰਸਲਟੈਂਟ ਤੀਰਤ ਸਿੰਘ ਪੈਨੈਕਲੀ ਸੰਪਰਕ ਕਰੋ ਟਾਈਮ ਲਓ ਅਪਾਰਟਮੈਂਟ ਲਓ ਤੇ ਪਰਸਨਲੀ ਮਿਲ ਕੇਓ ਥੈਂਕ ਯੂ ਸੋ ਮਚ